ਤੁਸੀਂ ਅਸੀਂ ਇਹ ਕਹਿ ਸਕਦੇ ਕਿ ਅਕਾਲੀ ਦਲ ਨੂੰ ਛੱਡਣ ਦਾ ਮੁੱਖ ਕਾਰਨ ਕੀ ਹੋ ਸਕਦਾ ਕਿ ਤੁਹਾਨੂੰ ਸਨਮਾਨ ਨਹੀਂ ਮਿਲਿਆ ਉੱਥੋਂ ਦੀ ਜਾਂ ਕੁਝ ਸਨਮਾਨ ਸਨਮਾਨ ਮੇਰੇ ਮਾਨ ਸਨਮਾਨ ਨਾਲ ਪੰਜਾਬ ਦੀ ਤਰੱਕੀ ਹੋ ਜਾਏਗੀ ਜਦੋਂ ਕਿਸਾਨ ਵੀ ਖੜੇ ਸੀ ਸੰਘਰਸ਼ ਤੁਸੀਂ ਉਹਨਾਂ ਦੇ ਨਾਲ ਸੀਗੇ ਤੁਸੀਂ ਕਿਸਾਨਾਂ ਨਾਲ ਖੜਾ ਸੀਗਾ ਤਾਂ ਅੱਜ ਵੀ ਖੜਾ ਹਾਂ ਨਾ ਮੈਂ ਅੱਜ ਕਿਹੜਾ ਭੱਜ ਗਿਆ ਦੱਖਣੀ ਹਲਕੇ ਤੋਂ ਟਿਕਟ ਵਗੈਰਾ ਵਾਸਤੇ ਪਰਮਜੀਤ ਜੀ ਮੇਰੀ ਲੜਾਈ ਟਿਕਟਾਂ ਦੀ ਨਹੀਂ ਹੈ ਬਾਕੀ ਪਾਰਟੀ ਜਿੱਥੇ ਮੈਨੂੰ ਲਾਊਗੀ ਮੈਂ ਉੱਥੇ ਜਾਊਂਗਾ ਬੇਬਾਕੀ ਨਾ ਜਾਊਂਗਾ ਮੇਰਾ ਅੱਜ ਮੁੱਦਾ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣਾ ਵਿਕਰਮ ਸਿੰਘ ਮਜੀਠਾ ਦੀ ਗ੍ਰਿਫਤਾਰੀ ਹੋਈ ਸੀ ਤੁਸੀਂ ਉਹਨਾਂ ਦੇ ਖਿਲਾਫ ਵੀ ਜਿਹੜੇ ਕਿ ਸਰਕਾਰ ਕੇਂਦਰ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਸੀਗਾ ਕਾਫੀ ਕੁਝ ਤੁਸੀਂ ਕਿਹਾ ਸੀਗਾ ਮੇਰਾ ਫਰਜ਼ ਸੀ ਮੈਂ ਫਰਜ਼ ਆਪਣਾ ਨਿਭਾਇਆ ਮੈਂ ਫਰਜ਼ ਨਿਭਾਉਂਦਾ ਜਦ ਤੱਕ ਮੈਂ ਪਾਰਟੀ 'ਚ ਲਾਸਟ ਸੈਕਿੰਡ ਤੱਕ ਵੀ ਸੀ ਪਾਰਟੀ ਦਾ ਫਰਜ਼ ਨਿਭਾ ਕੇ ਆਇਆ ਕਦੀ ਪਾਰਟੀ ਨਾਲ ਮਾੜਾ ਨਹੀਂ ਕੀਤਾ ਉਹ ਬੰਦੇ ਆ ਜਿਨ੍ਹਾਂ ਨੇ ਟੈਂਕ ਤੋਪ ਚੜਾ ਕੇ ਵੀ ਕਦੀ ਉਹਨਾਂ ਨੇ ਰਿਲਾਈਜ਼ ਨਹੀਂ ਕੀਤਾ ਅਤੇ ਇੱਕ ਉਹ ਪ੍ਰਧਾਨ ਮੰਤਰੀ ਆ ਜਿਹੜਾ ਪੰਜਾਬੀ ਦੇ ਭਾਵਨਾ ਸਮਝਦਾ ਮੈਂ ਸਮਝਦਾ ਅੱਜ ਸਾਨੂੰ ਸੋਚਣ ਸਮਝਣ ਦੀ ਸਾਰੇ ਪੰਜਾਬੀਆਂ ਨੂੰ ਸੋਚੋ ਸਮਝੋ ਕਿੱਦਾਂ ਆਪਣੇ ਨੌਜਵਾਨਾਂ ਨੂੰ ਇੱਥੇ ਰੋਕਿਆ ਜਾਵੇ ਇਹਦੇ ਵੱਲ ਧਿਆਨ ਦਿਓ ਇਹ ਧਰਮਾਂ ਦੀਆਂ ਲੜਾਈਆਂ ਪਾ ਕੇ ਰਾਜਨੀਤੀ ਨਾ ਕਰਨ ਦਿਓ ਕਿਸੇ ਨੂੰ ਵਰਕਰਾਂ ਨਾਲ ਪਾਰਟੀ ਹੁੰਦੀ ਆ ਵਰਕਰਾਂ ਦਾ ਮੋਰਲ ਉੱਪਰ ਕਰਨਾ ਬਹੁਤ ਜ਼ਰੂਰੀ ਆ ਜੇ ਮੇਰੀ ਆਵਾਜ਼ ਨਹੀਂ ਸੁਣੀ ਜਦੋਂ ਮੈਨੂੰ ਲੱਗਿਆ ਵੀ ਕਾਂਗਰਸ ਇੱਕ ਸਾਜਿਸ਼ ਰਜੀ ਆਪਾਂ ਉਹਦੇ ਪਾਤਰ ਬਣ ਰਹੇ ਤਾਂ ਫਿਰ ਜੇ ਤੁਸੀਂ ਮੇਰੀ ਆਵਾਜ਼ ਨਹੀਂ ਤਾਂ ਮੈਂ ਉੱਥੇ ਮੈਂ ਜਿਹੜਾ 5 ਤਰੀਕ ਨੂੰ ਕਾਫਲਾ ਪ੍ਰਧਾਨ ਮੰਤਰੀ ਸਾਹਿਬ ਦਾ ਰੋਕਿਆ ਇੱਕ ਸਾਜਿਸ਼ ਸੀ ਦੁਬਾਰਾ ਟਕਰਾਵ ਕਰਾਉਣ ਦੀ ਦੁਬਾਰਾ ਉਹ ਬਾਰ ਬਾਰ ਕਾਂਗਰਸੀ ਕਹਿੰਦੇ ਗਵਰਨਰ ਰੂਲ ਆ ਜਾਣਾ ਗਵਰਨਰ ਰੂਲ ਆ ਗਿਆ ਪ੍ਰਧਾਨ ਮੰਤਰੀ ਨੇ ਕਿਹਾ ਜੋ ਵੋਟਾਂ ਦਾ ਪ੍ਰੋਸੈਸ ਹੈ ਉਹ ਜਾਣ ਦਿਓ ਅਸੀਂ ਇਸ ਪਾਸੇ ਨਹੀਂ ਜਾਣਾ ਅਸੀਂ ਪੰਜਾਬ ਦੀ ਤਰੱਕੀ ਵੱਲ ਲੱਗ ਜਾਣਾ ਉਸ ਤੋਂ ਬਾਅਦ ਹੀ 5 ਜਨਵਰੀ ਦੇ ਰੋਕਣ ਤੋਂ ਬਾਅਦ ਹੀ ਅਨਾਊਂਸ ਕੀਤਾ ਨਾ ਸਾਹਿਬਜ਼ਾਦੇ ਦੇ ਦਿਨ ਇਹੋ ਜਿਹਾ ਪ੍ਰਧਾਨ ਮੰਤਰੀ ਨਹੀਂ ਮਿਲਣਾ ਫਿਰ ਗਵਾਉਣਾ ਨਹੀਂ ਅਸੀਂ ਅਤੇ ਅੱਜ ਪੰਜਾਬ ਦਾ ਨੌਜਵਾਨ ਜਵਾਬ ਮੰਗਦਾ ਅੱਜ ਹਰ ਪੰਜਾਬੀ ਹਰ ਕਿਸਾਨੀ ਹਰ ਮਜ਼ਦੂਰ ਹਰ ਵਪਾਰੀ ਜਵਾਬ ਮੰਗਦਾ ਕਿ ਤਰੱਕੀ ਕਦੋਂ ਹੋਊਗੀ ਅਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਭਾਰਤੀ ਜਨਤਾ ਪਾਰਟੀ 'ਚ ਸਹੀ ਸੋਚ ਦੇ ਕਿਉਂਕਿ ਅਗਵਾਈਕਾਰ ਚਾਹੀਦਾ ਹੁੰਦਾ ਅੱਜ ਮੋਦੀ ਜੀ ਅਮਿਤ ਸ਼ਾਹ ਦੀ ਜਿਹੜੀ ਜੋੜੀ ਹੈ ਨਾ ਬਹੁਤ ਤਰੱਕੀ ਕਰਾ ਰਹੀ ਹੈ ਸਤਿ ਸ਼੍ਰੀ ਅਕਾਲ ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪਰਮਜੀਤ ਕੌਰ 2022 ਵਿਧਾਨ ਸਭਾ ਦੇ ਜਿਹੜੇ ਕਿ ਚੋਣਾਂ ਦਾ ਐਲਾਨ ਹੋ ਚੁੱਕਿਆ ਬਿਗਲ ਵੱਜ ਚੁੱਕਿਆ ਕਿ 14 ਫਰਵਰੀ ਨੂੰ ਚੋਣਾਂ ਹੋਣਗੀਆਂ ਅਤੇ ਉਸ ਤੋਂ ਪਹਿਲਾਂ ਹੀ ਜਿਹੜੇ ਕਿ ਅਲੱਗ ਅਲੱਗ ਪਾਰਟੀਆਂ ਦੇ ਜਿਹੜੇ ਕਿ ਆਗੂ ਨੇ ਪਾਰਟੀਆਂ ਜਿਹੜੀ ਕਿ ਆਪਣੀਆਂ ਸ਼ਫਲਿੰਗ ਕਰ ਰਹੇ ਨੇ ਇੱਕ ਦੂਜੇ ਦੀਆਂ ਪਾਰਟੀ ਦੇ ਵਿੱਚ ਜਾ ਰਹੇ ਨੇ ਅਤੇ ਕੀ ਇਹਦਾ ਕਾਰਨ ਵੀ ਕੀ ਹੋ ਸਕਦਾ ਹੈ ਅਤੇ ਉਸੇ ਬਾਰੇ ਅਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਗੁਰਦੀਪ ਸਿੰਘ ਗੋਸ਼ਾ ਜੀ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇ ਸਾਰੇ ਸਰੋਤਿਆਂ ਦਾ ਪਰਮਜੀਤ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਮਝਦਾ ਕਿ ਮੇਰੀ ਆਵਾਜ਼ ਤੁਸੀਂ ਹਮੇਸ਼ਾ ਬੁਲੰਦ ਕਰਦੇ ਤਾਂ ਅੱਗੇ ਵੀ ਬੁਲੰਦ ਕਰੋਗੇ ਅਤੇ ਸਰ ਇੱਕੋਦਮ ਕਿਵੇਂ ਤੁਹਾਡੇ ਮਤਲਬ ਕਿ ਪਾਰਟੀ ਨੂੰ ਚੇਂਜ ਕਰਨ ਦਾ ਤੁਹਾਡੇ ਮਨ ਦੇ ਵਿੱਚ ਤਾਂ ਇੱਕੋਦਮ ਨਹੀਂ ਹੁੰਦਾ ਮੈਂ ਲੰਬੇ ਸਮੇਂ ਤੋਂ ਦੇਖ ਰਿਹਾ ਸੀ ਵੀ ਕਾਂਗਰਸ ਇੱਕ ਸਾਜਿਸ਼ ਰਚ ਰਹੀ ਹੈ ਉਸ ਸਾਜਿਸ਼ ਦਾ ਸੀ ਸਾਰੇ ਪੰਜਾਬੀ ਸ਼ਿਕਾਰ ਹੋ ਰਹੇ ਹਾਂ ਅਤੇ ਮੈਂ ਦੇਖ ਰਿਹਾ ਸੀ ਵੀ ਪ੍ਰਧਾਨ ਮੰਤਰੀ ਸਾਡੇ ਲਈ ਕੰਮ ਕਰ ਰਹੇ ਆ ਸਾਡੇ ਕਾਲੀਆਂ ਸੂਚੀਆਂ ਖਤਮ ਕਰ ਰਹੇ ਆ ਸੱਜਣ ਕੁਮਾਰ ਨੂੰ ਜਿਹੜੇ ਦੋਸ਼ੀ ਆ 84 ਦੇ ਉਹਨਾਂ ਨੂੰ ਅੰਦਰ ਕਰ ਰਹੇ ਆ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਰਹੇ ਜਿਹੜੇ ਜਿਹੜੇ ਪੰਜਾਬ ਨੂੰ ਵੰਡ ਦਿੱਤਾ ਗਿਆ ਸੀਗਾ 4 ਸਾਹਿਬਜ਼ਾਦਿਆਂ ਦੇ ਨਾਮ 'ਤੇ ਦਿਨ ਰੱਖ ਰਹੇ ਆ ਫਿਰ ਆਪਾਂ ਉਹਨਾਂ ਦੀ ਟਕਰਾਵ ਦੀ ਨੀਤੀ ਕਿਉਂ ਜਿਹੜਾ 5 ਤਰੀਕ ਨੂੰ ਕਾਫਲਾ ਪ੍ਰਧਾਨ ਮੰਤਰੀ ਸਾਹਿਬ ਦਾ ਰੋਕਿਆ ਇੱਕ ਸਾਜਿਸ਼ ਸੀ ਦੁਬਾਰਾ ਟਕਰਾਵ ਕਰਾਉਣ ਦੀ ਦੁਬਾਰਾ ਉਹ ਬਾਰ ਬਾਰ ਕਾਂਗਰਸੀ ਕਹਿੰਦੇ ਗਵਰਨਰ ਰੂਲ ਆ ਜਾਣਾ ਗਵਰਨਰ ਰੂਲ ਆ ਜਾਣਾ ਪ੍ਰਧਾਨ ਮੰਤਰੀ ਨੇ ਕਿਹਾ ਨਹੀਂ ਜੋ ਵੋਟਾਂ ਦਾ ਪ੍ਰੋਸੈਸ ਹੈ ਉਹ ਜਾਣ ਦਿਓ ਅਸੀਂ ਇਸ ਪਾਸੇ ਨਹੀਂ ਜਾਣਾ ਅਸੀਂ ਪੰਜਾਬ ਦੀ ਤਰੱਕੀ ਵੱਲ ਲੱਗ ਜਾਣਾ ਉਸ ਤੋਂ ਬਾਅਦ ਹੀ 5 ਜਨਵਰੀ ਦੇ ਰੋਕਣ ਤੋਂ ਬਾਅਦ ਹੀ ਅਨਾਊਂਸ ਕੀਤਾ ਨਾ ਸਾਹਿਬਜ਼ਾਦੇ ਦੇ ਦਿਨ ਇਹੋ ਜਿਹਾ ਪ੍ਰਧਾਨ ਮੰਤਰੀ ਨਹੀਂ ਮਿਲਣਾ ਫਿਰ ਗਵਾਉਣਾ ਨਹੀਂ ਅਸੀਂ ਜੇ ਆਪਣੇ ਕਾਰਨਾ ਕਰਕੇ ਪਰਸਨਲ ਇੰਟਰਸਟ ਵਾਸਤੇ ਜੇ ਆਪਾਂ ਪਾਰਟੀਆਂ 'ਚ ਕੰਮ ਕਰਕੇ ਮਾੜੀ ਗੱਲ ਆ ਅੱਜ ਦੇਸ਼ ਨੂੰ ਤਰੱਕੀ ਦੀ ਲੋੜ ਆ ਖਾਸ ਕਰਕੇ ਪੰਜਾਬ ਨੂੰ ਤਰੱਕੀ ਦੀ ਲੋੜ ਆ ਪੰਜਾਬ ਨੂੰ ਬੜੇ ਮਾੜੇ ਹਾਲਾਤਾਂ 'ਚ ਤੱਕਿਆ ਜਾ ਰਿਹਾ ਅਤੇ ਅੱਜ ਪੰਜਾਬ ਦਾ ਨੌਜਵਾਨ ਜਵਾਬ ਮੰਗਦਾ ਅੱਜ ਹਰ ਪੰਜਾਬੀ ਹਰ ਕਿਸਾਨੀ ਹਰ ਮਜ਼ਦੂਰ ਹਰ ਵਪਾਰੀ ਜਵਾਬ ਮੰਗਦਾ ਕਿ ਤਰੱਕੀ ਕਦੋਂ ਹੋਊਗੀ ਤਰੱਕੀ ਹੋਈ ਸੀ ਅਕਾਲੀ ਸਰਕਾਰ 'ਚ ਮੈਂ ਨਹੀਂ ਕਹਿੰਦਾ ਅਕਾਲੀ ਦਲ ਭਾਜਪਾ ਸਰਕਾਰ 'ਚ ਹੋਈ ਸੀ ਕਿਉਂਕਿ ਕੇਂਦਰ 'ਚ ਭਾਜਪਾ ਸੀ ਇੱਥੇ ਅਕਾਲੀ ਸੀ ਤਾਂ ਕਰਕੇ ਕਿਸਾਨਾਂ ਦਾ ਵੀ ਜਿਹੜਾ ਕਿ ਲੰਬੇ ਸਮੇਂ ਤੋਂ ਸੰਘਰਸ਼ ਚੱਲਿਆ ਹੈ ਪੂਰੀ ਮਤਲਬ ਕਿ ਆਪਾਂ ਇਤਿਹਾਸ ਵਿੱਚ ਲਗਾ ਲਈ ਕਿ ਪਹਿਲਾਂ ਇਹ ਸੰਘਰਸ਼ ਜਿਹੜਾ ਚੱਲਿਆ ਕਿ ਭਾਜਪਾ ਦੇ ਭਾਜਪਾ ਵਾਲੇ ਨੇ ਹੀ ਉਹਨਾਂ ਨੂੰ ਮਤਲਬ ਕਿ ਇਸ ਤਰ੍ਹਾਂ ਕਰਨ ਦਿੱਤਾ ਔਰ ਆਪਣੇ ਦਿੱਲੀ ਦੇ ਬਾਰਡਰ ਤੇ ਬੈਠੇ ਇੱਕ ਸਾਲ ਤੱਕ ਧੁੱਪ ਗਰਮੀ ਸਭ ਉਹਨਾਂ ਨੇ ਸਹੀ ਆ ਸਿਰਫ ਆਪਣੇ ਬਿੱਲ ਜਿਹੜੇ ਕਿ ਕੇਂਦਰ ਸਰਕਾਰ ਦੇ ਨਾਲ ਪੰਜਾਬ ਦੇ ਵਿੱਚ ਪੁੱਲ ਦਾ ਕੰਮ ਕੌਣ ਕਰੇਗਾ ਕਿ ਬੀਜੇਪੀ ਪੰਜਾਬ ਦੇ ਵਿੱਚ ਆਪਣੀ ਸਥਿਤੀ ਬਣਾਉਣਾ ਚਾਹੁੰਦੀ ਨਹੀਂ ਨਹੀਂ ਪੁੱਲ ਦਾ ਕੰਮ ਕਿੰਨੇ ਕਰਨਾ ਸੀਗਾ ਕਾਂਗਰਸ ਸਰਕਾਰ ਸੀਗੀ ਇੱਥੇ ਪੰਜਾਬੀਆਂ ਨੇ ਵੋਟ ਦਿੱਤੀ ਕਾਂਗਰਸ ਸਰਕਾਰ ਨੂੰ ਪੁੱਲ ਦਾ ਕੰਮ ਕਿੰਨੇ ਕਰਨਾ ਸੀ ਪੁੱਲ ਦਾ ਕੰਮ ਨਹੀਂ ਕੀਤਾ ਇਹਨਾਂ ਨੇ ਜਾਣ ਬੁੱਝ ਕੇ ਲੜਾਈ ਪਾਈ ਸਾਡੀ ਇਹ ਪਹਿਲੇ ਦਿਨਾਂ 'ਚ ਹੀ ਹੱਲ ਹੋ ਸਕਦਾ ਸੀਗਾ ਪਹਿਲੇ ਦਿਨਾਂ ਬੈਠ ਕੇ ਹੱਲ ਹੋ ਸਕਦਾ ਸੀ ਕੋਈ ਅਮੈਂਡਮੈਂਟ ਹੋ ਸਕਦੀ ਸੀ ਬਿੱਲ ਅੱਜ ਵੀ ਰੱਦ ਹੋਏ ਪਹਿਲਾਂ ਵੀ ਰੱਦ ਹੋ ਸਕਦੇ ਸੀ ਪਰ ਉਹਨਾਂ ਨੇ ਸਮਝਣ ਨਹੀਂ ਦਿੱਤਾ ਉਹਨਾਂ ਨੇ ਦੁਸ਼ਮਣੀ ਪਾ ਦਿੱਤੀ ਅਸੀਂ ਸਾਰੇ ਸ਼ੁਰੂ ਹੋ ਗਏ ਅਸੀਂ ਭਾਵਨਾ ਵਾਲੀ ਸਟੇਟ ਅਸੀਂ ਭਾਵਨਾ 'ਚ ਵਹਿ ਜਾਂਦੇ ਹਾਂ ਪਰ ਮੈਂ ਕਹੂੰਗਾ ਅੱਜ ਹਰ ਪੰਜਾਬੀ ਨੂੰ ਪਤਾ ਲੱਗ ਚੁੱਕਾ ਕਿ ਇੱਥੇ ਹਿੰਦੂ ਸਿੱਖ ਏਕਤਾ ਦੇ ਵਿੱਚ ਪਾੜ ਪਾਇਆ ਜਾਂਦਾ ਇੱਥੇ ਕਿੱਦਾਂ ਮੁੱਦਿਆਂ ਦੀ ਰਾਜਨੀਤੀ ਕਿੱਦਾਂ ਜਿਹਦੇ ਮੁੱਦਿਆਂ ਦੀ ਰਾਜਨੀਤੀ ਨਾ ਕਰੋ ਯਾਰ ਮੁੱਦੇ ਹੱਲ ਕਰਨ ਦੀ ਰਾਜਨੀਤੀ ਕਰੋ
जे अकाली दल उस काम के फस गई साजिश के तो फिर कमजोरी तो अकाली दल की है ना, मेरी कमजोरी तो नहीं, मैं नहीं फसना चाहता इस कमजोरी से। सर कुछ दिन पहले जो कि बिक्रम सिंह मजीठिया की गिरफ्तारी हुई थी, उन्होंने खिलाफ भी जी सरकार केंद्र सरकार के खिलाफ धरना प्रदर्शन किया, काफ़ी कुछ तुम किया। मेरा फर्ज से मैं फर्ज अपना निभाया, मैं फर्ज निभा निभा जब तक मैं पार्टी से लास्ट सैकेंड तक भी सी पार्टी का फर्ज निभा के आया, कभी पार्टी ने माड़ा नहीं किया। माड़ा बंदा हों, बंदियां दे नाल चंगी सोच चल जाओ पार्टी चंगी हो जाती, माड़ी सोच कर दो पार्टी माड़ी हो जाती है। तो मैं एक गल कहना चाहना, भारतीय जनता पार्टी सही सोच दे, क्योंकि अगवाई कार चाहिए होंगे। अज मोदी जी अमित शाह की जी जोड़ी है ना, पंज बहुत तरक्की करा रही है। जो किसान भी खड़े से संघर्ष तुसी उन्हां दे नाल सी, तुसी देखो जी किन्ने किन्ना होने लग पाया, हरियाणा चल जाओ, उत्तराखंड चल जाओ, हिमाचल चल जाओ, किन्ना विकास हो रहा जी, इतने विकास नहीं हो रहा। ज किसानां नाल खड़ा सीगा तो अज भी खड़ा है ना, मैं अज कड़ा भज गया, मैं अच्छे तो बीजेपी के खिलाफ से उस टाइम नहीं नहीं खिलाफ नहीं सके, मुद्दों की गल होंगी है। जो मुद्दा उन्होंने हल करता फिर अभी आप बार बार वो चैप्टर नहीं खोल सकते। उन्होंने मुद्दा हल करके दिखाया, एक वह बंदे है जिन्होंने टैंक तोप चढ़ा के भी कभी उन्होंने रिलाइज़ नहीं किया, तो एक प्रधानमंत्री है जो पंजाबी के भावना समझता। मैं समझदा अज सानू सोच समझ सारे पंजाबियों सोचो समझो कि अपने नौजवानों ने इतने रोकया जाए, ये वाल ध्यान दौ, यह धर्म की लड़ाइया पा के राजनीति ना कर दौ किसी को। बिक्रम सिंह मजीठिया जमानत मिल गई, गाँव जमानत मिल गई, तो बारे की कहना? चंगी गल है जमानत मिल गई है जी, परमात्मा खुश रखे। अस तो हर बंदे का भला मंगते, अस्त अरदास जो सवेरे करते हैं सारे का भला मंगते, सारे का भला होना चाहिए। सिर्फ माड़े आंसर फसने चाहिए जेड़े पंजाब खराब करते हैं, देश में खराब करते, उन्होंने असं माड़ा सोचा, क्यों असं नहीं चाहते कि पंजाब की फिजा दे गुलदस्ते कोई जहर गुले। या फिर सर असं ये कह सकते कि अकाली दल को छड़न का मुख्य कारण की हो सकता है कि तुहानू सन्मान नहीं मिले उतों दी या कुछ? सन्मान सन्मान मेरे मान सन्मान ना पंजाब की तरक्की हो जाएगी, ये तरक्की नहीं हो सकती। वर्कर नू पौड़ी ना समझो, वर्करा का आत्म सम्मान रखना बहुत जरूरी है, वर्करा दे नाल ही पार्टी बनती है, ये नहीं उल्ट नहीं है, आप उल्ट सोचते हैं। वर्करा नाल पार्टी होंगी, वर्करा का मोरल उपर करना बहुत जरूरी है। जे मेरी आवाज़ नहीं सुनी जो मैंने लगे भी कांग्रेस एक साजिश रजी आप पात्र बन रहे, तो फिर जिसे मेरी आवाज़ नहीं तो मैं उत्थे मैं भी नहीं। सर असं तो हूँ ये अंदाजा लगा सकते कि तुम हूँ दखनी हल्के तो टिकट वगैरह वास्ते? परमजीत जी मेरी लड़ाई टिकटा की नहीं है, बाकी पार्टी जिते मैं लाऊगी मैं उत्थे जाऊँगा, बेबाकी ना जाऊँगा। मेरा अज मुद्दा पंजाब नूं तरक्की की नाह लैके जाना, मेरे लड़न ना लड़ना पंजाब तरक्की नहीं आना, सारे नाल रल के लड़ना पैना तां पंजाब ने तरक्की दी जाना। सर जिवें कि हुण तुसीं पार्टी बदली है तो पहला कुछ होर योजनावां होणगीआं तुहाडीआं, हुण कुछ होर योजनावां हैगीआं तुसीं लोकां दे लई? पार्टी बदली है, सोच नहीं बदली, सोच उही है पंजाब की तरक्की। थैंक यू जी, थैंक यू। तो देख सकते हो सन गुरदीप सिंह गोशा जी जिन्हां दे कुछ दिन पहला ही जिहड़े कि अकाली दल छड़ के भाजपा दे विच शामिल हो गए ने, तो हुण देखना यह होगा कि जिहड़ी यह पार्टी बदली है तो उन्हां दी जो पहला भी योजनावां सी ते हुण अगे वास्ते की योजनावां रहिंदियां ने, ये हुण आने वाला समय ही दसेगा। विधानसभा चोणां 2022 दे जिहड़े कि होणियां ने उसके रिजल्ट दे विच यह सब साबित हो जाएगा। कैमरामैन आकाश मांडी दे नाल परमजीत कौर, तुसीं देखदे रहो लुधियाना लाइव।